ਕੋਲੇ ਕਹਿੰਦੇ ਇਲਜ਼ਾਮ ਲਾਇਆ ਸੀ ਅੱਜ ਵੀ ਇਲਜ਼ਾਮ ਉੱਥੇ ਹੀ ਹੈ ਅੱਜ ਵੀ ਇਲਜ਼ਾਮ ਉੱਥੇ ਹੀ ਹੈ ਤੁਸੀਂ ਵਾਪਸ ਲੈ ਲਈ ਤਾਂ ਤੁਹਾਡੀ ਸਜ਼ਾ ਖੜੀ ਇੱਥੇ ਟੋਟਲ ਪੰਜ ਬੈਂਚ ਫਾਜ਼ਿਲਕਾ ਕੰਮ ਕੀਤੇ ਉਹਨਾਂ ਦੇ ਵਿੱਚ 973 ਕੇਸਿਸ ਆਏ ਪ੍ਰੀ ਲਿਟੀਗੇਸ਼ਨ ਦੇ ਵਿੱਚ ਅਤੇ 557 ਰੈਗੂਲਰ ਕੇਸਿਸ ਸੀ ਆਲ ਜੁਰਿਸਡਿਕਸ਼ਨਸ ਦੇ ਜਿਹਦੇ ਵਿੱਚ ਮੈਟਰੀਮੋਨੀਅਲ ਕੇਸਿਸ ਵੀ ਸੀ 138 NI ਐਕਟ ਜਿਹਦੇ ਵਿੱਚ ਸਜ਼ਾ ਵੀ ਹੋਈ ਵੀ ਸੀ ਲੋਕਾਂ ਨੂੰ ਜਾਂ ਹਜੇ ਉਹਨਾਂ ਦੇ ਕੇਸ ਚੱਲ ਰਹੇ ਸੀ ਨਿਚਲੀਆਂ ਕੋਰਟਾਂ 'ਚ ਬੈਂਕ ਦੇ ਰਿਕਵਰੀ ਕੇਸਿਸ ਇੱਕ MACT ਕੇਸ ਬੜਾ ਪੁਰਾਣਾ ਸੀਗਾ ਸਾਡੇ ਕੋਲ ਇਹ ਸਾਰੇ ਦੇ ਸਾਰੇ ਕੇਸਿਸ ਰੂਟੀਨ ਦੇ ਵਿੱਚ ਸਾਨੂੰ ਟਾਈਮ ਨਹੀਂ ਹੁੰਦਾ ਇੰਨਾ ਤਾਂ ਕਿ ਪਾਰਟੀਆਂ ਨਾਲ ਇੰਟਰੈਕਟ ਕਰ ਸਕੀਏ ਇਹਦੇ ਵਿੱਚ ਅਸੀਂ ਪਾਰਟੀਆਂ ਬੁਲਾਈਆਂ ਉਹਨਾਂ ਦੇ ਨੁਮਾਇੰਦੇ ਬੁਲਾਏ ਉਹਨਾਂ ਨਾਲ ਉਹਨਾਂ ਦੇ ਔਨ ਦਾ ਟੇਬਲ ਅਸੀਂ ਸੈਟਲ ਕਰਕੇ ਜਿੱਥੋਂ ਤੱਕ ਹੋ ਸਕਦਾ ਸੀਗਾ ਸੈਟਲ ਕੀਤੇ ਇਹਨਾਂ ਦੇ ਵਿੱਚ ਜ਼ਿਆਦਾ ਸੈਟਲਮੈਂਟ ਅਸੀਂ ਮੈਟਰੀਮੋਨੀਅਲ ਕੇਸਿਸ ਦੇ ਵਿੱਚ ਕਰਾ ਸਕੇ ਉਹ ਵੀ ਉੱਥੇ ਕਰਾ ਸਕੇ ਜਿੱਥੇ ਪਾਰਟੀਆਂ ਖੁਦ ਆਈਆਂ 138 ਦੇ ਕੇਸਾਂ ਦੇ ਵਿੱਚ ਸਾਨੂੰ ਕਾਫੀ ਅੱਛਾ ਹੁੰਗਾਰਾ ਮਿਲਿਆ 138 ਦੇ ਕੇਸਿਸ ਕਾਫੀ ਨਿਬੜ ਗਏ ਜਿਨ੍ਹਾਂ ਕੇਸਾਂ ਦੇ ਵਿੱਚ ਪਾਵਰ ਥੈਫਟ ਦੇ ਕੇਸਿਸ ਸੀ 47 ਕੇਸਿਸ ਸੈਟਲ ਹੋਏ ਨੇ ਅੱਜ ਉਹਨਾਂ ਦੇ ਵਿੱਚ ਪਾਵਰ ਥੈਫਟ ਦੇ ਵਿੱਚ ਜਿਨ੍ਹਾਂ ਨੇ ਕੰਪਨਸੇਸ਼ਨ ਮੰਗੀ ਸੀ ਕੰਪਨਸੇਸ਼ਨ ਪਵਾ ਕੇ ਉਹਨਾਂ ਦੇ ਸੈਟਲ FIR ਕੈਂਸਲ ਕੀਤੀਆਂ ਸੀ 47 ਕੇਸਿਸ ਦੇ ਵਿੱਚ ਬਾਕੀ ਪ੍ਰੀ ਲਿਟੀਗੇਟਿਵ ਸਟੇਜ ਦੇ ਉੱਤੇ ਬੈਂਕਿੰਗ ਰਿਕਵਰੀ ਕੇਸਿਸ ਸੀ ਜਿਹੜੇ ਕਿ ਅਲਟੀਮੇਟਲੀ ਕੋਰਟ ਦੇ ਵਿੱਚ ਆਉਣੇ ਸੀ ਕੋਰਟ 'ਚ ਆ ਜਾਂਦੇ ਤਾਂ ਸਾਡਾ ਸਿਸਟਮ ਨੂੰ ਕਲੋਕ ਕਰਨਾ ਸੀ ਉਹੀ ਸਾਡਾ ਪ੍ਰੈਸ਼ੀਅਸ ਟਾਈਮ ਉਹਨਾਂ ਨੇ ਕੰਜ਼ਿਊਮ ਕਰਨਾ ਸੀ ਅਸੀਂ ਕੋਸ਼ਿਸ਼ ਕੀਤੀ ਉਹਨਾਂ ਨੂੰ ਪ੍ਰੀ ਲਿਟੀਗੇਟਿਵ ਸਟੇਜ ਦੇ ਉੱਤੇ ਹੀ ਆ ਕੇ ਅਸੀਂ ਉਹਨੂੰ ਖਤਮ ਕੀਤਾ ਹੈ ਦੋ ਬੈਂਚ ਸਾਡੇ ਜਲਾਲਾਬਾਦ ਅਤੇ ਦੋ ਬੈਂਚ ਸਾਡੇ ਅਬੋਹਰ ਵੀ ਕੰਮ ਕੀਤਾ ਅਸੀਂ ਇਹ ਵੈਸੇ ਫਿਗਰ ਅਜੇ ਬਣ ਰਹੀ ਹੈ ਅਸੀਂ ਪਰ ਕਾਫੀ ਅੱਛਾ ਮੋਨੀਟਰੀ ਵਾਈਜ਼ ਵੀ ਕਾਫੀ ਅੱਛਾ ਸਾਨੂੰ ਰਿਸਪੋਂਸ ਦਿਖ ਰਿਹਾ ਲੋਕਾਂ 'ਚ ਇੰਥੂਜ਼ੀਅਜ਼ਮ ਸੀਗਾ ਲੋਕਾਂ ਦੀਆਂ ਡਿਮਾਂਡ 'ਤੇ ਅਤੇ ਜਿਹੜੇ ਕੇਸ ਨਹੀਂ ਅੱਜ ਸੈਟਲ ਹੋ ਸਕੇ ਅਸੀਂ ਉਹਨਾਂ ਨੂੰ ਨੈਕਸਟ ਡੇਟ ਜਿਹੜੀ ਨੈਕਸਟ ਲੋਕ ਅਦਾਲਤ ਹੋਊਗੀ ਉਹਦੇ ਵਿੱਚ ਲੈ ਗਏ ਹਾਂ ਉਹ ਸਾਰੇ ਦੇ ਸਾਰੇ ਮੈਨੂੰ ਲੱਗਦਾ ਜਿਹੜੇ ਅੱਜ ਕੇਸ 557 ਸੀਗੇ ਉਹ ਅਲਟੀਮੇਟਲੀ ਸਾਰੇ ਹੀ ਇਹ ਨਿਬੜ ਜਾਣਗੇ ਕੁਛ ਅੱਜ ਕੁਛ ਨੈਕਸਟ ਲੋਕ ਅਦਾਲਤ